ਸਤਿ ਸ਼੍ਰੀ ਅਕਾਲ ਦੋਸਤੋ, ਆਪ ਸਭ ਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਕਲਾਸ ਦੇ ਵਿੱਚ। ਦੋਸਤੋ, ਕੱਲ 11ਵੀਂ ਜਮਾਤ ਦਾ ਰਾਜਨੀਤਿਕ ਵਿਗਿਆਨ ਯਾਨੀ ਕਿ ਪੋਲੀਟੀਕਲ ਸਾਇੰਸ ਦਾ ਪੇਪਰ ਹੈ। ਸੋ ਵਿਦਿਆਰਥੀ ਕਾਫੀ ਜ਼ਿਆਦਾ ਕਮੈਂਟ ਕਰ ਰਹੇ ਸਨ ਕਿ ਸਰ ਸਾਨੂੰ ਪੇਪਰ ਸੋਲਵ ਕਰਕੇ ਦੱਸਿਆ ਜਾਵੇ, ਉਹਨਾਂ ਨੂੰ ਪੜ੍ਹਨ ਦੇ ਵਿੱਚ ਸਹੂਲਤ ਰਹਿੰਦੀ ਹੈ। ਸੋ ਅਸੀਂ ਪਲੱਸ 1 ਦੇ ਵਿਦਿਆਰਥੀਆਂ ਦੇ ਲਈ ਪੋਲੀਟੀਕਲ ਸਾਇੰਸ ਦਾ ਪੇਪਰ ਜੋ ਸੈਂਪਲ ਟੈਸਟ ਪੇਪਰ ਹੈ, ਇਸ ਦੇ ਵਿੱਚ ਬੇਹੱਦ ਹੀ ਇੰਪੋਰਟੈਂਟ ਕੁਐਸਚਨ ਤੁਹਾਡੇ ਲਈ ਲੈ ਕੇ ਆਏ ਹਾਂ, ਉਹ ਵੀ ਸਾਰੇ ਦੇ ਸਾਰੇ ਸੋਲਵ ਕੀਤੇ ਹੋਏ ਹਨ। ਸੋ ਦੋਸਤੋ, ਬਿਨਾਂ ਸਮਾਂ ਵੇਸਟ ਕਰਦੇ ਹੋਏ ਕੁਐਸਚਨ ਪੜ੍ਹਦੇ ਹਾਂ ਤੇ ਨਾਲ ਨਾਲ ਤੁਹਾਨੂੰ ਦੱਸਦੇ ਹਾਂ ਇਹਨਾਂ ਦੇ ਆਨਸਰ। ਸੋ ਸਭ ਤੋਂ ਪਹਿਲਾ ਪ੍ਰਸ਼ਨ ਹੈ, ਪੋਲਿਸ ਸ਼ਬਦ ਕਿਸ ਭਾਸ਼ਾ ਦਾ ਅਰਥ ਹੈ? ਸੋ ਥੱਲੇ 4 ਆਪਸ਼ਨਾਂ ਨੇ, ਇਸ ਦਾ ਉੱਤਰ ਹੈ ਬੀ, ਯੂਨਾਨੀ। ਸੋ ਠੀਕ ਹੈ ਜੀ, ਥੱਲੇ ਆਨਸਰ ਵੀ ਲਿਖੇ ਹੋਏ ਹਨ ਤੁਹਾਡੀ ਸਹੂਲਤ ਦੇ ਲਈ। ਫਿਰ ਨੰਬਰ 2, ਰਾਜਨੀਤਿਕ ਸ਼ਾਸਤਰ ਨਾਲ ਸੰਬੰਧਿਤ ਪੁਸਤਕ ਪੋਲਿਟਿਕਸ ਦਾ ਲੇਖਕ ਕੌਣ ਹੈ? ਸੋ ਇਸਦਾ ਆਨਸਰ ਹੈ ਅਰਸਤੂ, ਯਾਨੀ ਕਿ ਆਪਸ਼ਨ ਏ। ਫਿਰ ਹੈ, ਹੇਠ ਲਿਖਿਆਂ ਵਿੱਚੋਂ ਕਿਹੜੀ ਸੁਤੰਤਰਤਾ ਦੀ ਵਿਸ਼ੇਸ਼ਤਾ ਨਹੀਂ ਹੈ? ਸੋ ਇਸਦਾ ਆਨਸਰ ਹੈ ਸੁਤੰਤਰਤਾ ਅਤੇ ਕਾਨੂੰਨ ਇੱਕ ਦੂਜੇ ਦੇ ਵਿਰੁੱਧ ਹਨ। ਸੋ ਆਪਸ਼ਨ ਸੀ। ਫਿਰ ਹੈ, ਜੋ ਅਧਿਕਾਰ ਦੂਸਰੇ ਮਨੁੱਖ ਨੂੰ ਨਾਗਰਿਕ ਹੋਣ ਦੇ ਨਾਤੇ ਪ੍ਰਾਪਤ ਹਨ, ਉਹ ਅਧਿਕਾਰ ਮੈਨੂੰ ਵੀ ਉਸੇ ਸੀਮਾ ਤੱਕ ਪ੍ਰਾਪਤ ਹੋਣੇ ਚਾਹੀਦੇ ਹਨ, ਇਹ ਕਥਨ ਕਿਸਦਾ ਹੈ? ਸੋ ਇਸਦਾ ਉੱਤਰ ਹੈ ਲਾਸਕੀ, ਯਾਨੀ ਕਿ ਆਪਸ਼ਨ ਸੀ ਹੈ। ਫਿਰ ਹੈ ਨੰਬਰ 5, ਪਲੈਟੋ ਅਨੁਸਾਰ ਇੱਕ ਆਦਰਸ਼ ਰਾਜ ਦੀ ਜਨਸੰਖਿਆ ਕਿੰਨੀ ਹੋਣੀ ਚਾਹੀਦੀ ਹੈ? ਸੋ ਇਸਦਾ ਆਨਸਰ ਹੈ 5040, ਯਾਨੀ ਕਿ ਆਪਸ਼ਨ ਬੀ। 8400400400। ਜੀ ਹਾਂ, ਯਾਦ ਕਰ ਲਵੋ ਵਟਸਐਪ ਨੰਬਰ, ਕਿਉਂਕਿ ਹੁਣ ਚਾਹੇ ਤੁਹਾਡਾ ਮੈਥ ਦਾ ਸਵਾਲ ਹੋਵੇ, ਫਿਜ਼ਿਕ, ਕੈਮਿਸਟਰੀ ਜਾਂ ਬਾਇਓਲੋਜੀ ਦਾ, ਤੁਹਾਡੇ ਹਰ ਡਾਊਟ, ਹਰ ਕੁਐਸਚਨ ਦਾ ਮਿਲੇਗਾ ਤੁਰੰਤ ਵੀਡੀਓ ਸੋਲੂਸ਼ਨ, ਉਹ ਵੀ ਸਿੱਧਾ ਤੁਹਾਡੇ ਵਟਸਐਪ ਨੰਬਰ ਤੇ। ਬਸ ਆਪਣੇ ਫੋਨ ਤੇ ਡਾਊਟ ਨੈਟ ਦਾ 8400400400 ਨੰਬਰ ਸੇਵ ਕਰ ਲਵੋ ਅਤੇ ਚੈਟ ਓਪਨ ਕਰੋ। ਫਿਰ ਜੋ ਵੀ ਤੁਹਾਡਾ ਡਾਊਟ ਹੈ, ਉਸ ਸਵਾਲ ਦੀ ਫੋਟੋ ਖਿੱਚਣੀ ਹੈ, ਕ੍ਰੌਪ ਕਰਨੀ ਹੈ, 5 ਸਕਿੰਟ ਦੇ ਅੰਦਰ ਅੰਦਰ ਤੁਹਾਨੂੰ ਉਸਦਾ ਵੀਡੀਓ ਸੋਲੂਸ਼ਨ ਮਿਲ ਜਾਵੇਗਾ। ਕਲਾਸ 6 ਤੋਂ 12 ITJEE ਨੀਟ, CBSE ਬੋਰਡ ਅਤੇ ਸਾਰੇ ਸਟੇਟ ਬੋਰਡ ਦੇ ਬੱਚਿਆਂ ਲਈ, ਤਾਂ ਫਿਰ ਦੇਰ ਕਿਸ ਗੱਲ ਦੀ, ਹੁਣੇ ਜਾਓ ਅਤੇ 8400400400 ਨੰਬਰ ਤੇ ਆਪਣਾ ਸਵਾਲ ਵਟਸਐਪ ਕਰੋ ਅਤੇ ਆਪਣੇ ਸਾਰੇ ਡਾਊਟਸ ਨੂੰ ਆਊਟ ਕਰੋ, ਲਿੰਕ ਡਿਸਕ੍ਰਿਪਸ਼ਨ ਚ। ਫਿਰ ਹੈ, ਹੇਠ ਲਿਖਿਆਂ ਵਿੱਚੋਂ ਕਿਹੜੀ ਸਮਾਜ ਦੀ ਵਿਸ਼ੇਸ਼ਤਾ ਨਹੀਂ ਹੈ? ਸੋ ਇਸਦਾ ਉੱਤਰ ਹੈ ਪ੍ਰਭੂਸੱਤਾ, ਯਾਨੀ ਕਿ ਆਪਸ਼ਨ ਡੀ। ਫਿਰ ਹੈ, ਲੋਕਤੰਤਰ ਲੋਕਾਂ ਰਾਹੀਂ, ਲੋਕਾਂ ਲਈ ਅਤੇ ਲੋਕਾਂ ਦੀ ਸਰਕਾਰ ਹੈ, ਇਹ ਕਥਨ ਕਿਸਦਾ ਹੈ? ਇਸਦਾ ਉੱਤਰ ਹੈ ਬੀ ਆਪਸ਼ਨ ਹੈ, ਅਬਰਾਹਮ ਲਿੰਕਨ। ਫਿਰ ਹੈ, ਭਾਰਤ ਵਿੱਚ ਕਿਸ ਪ੍ਰਕਾਰ ਦੀ ਸਰਕਾਰ ਹੈ? ਜੀ ਹਾਂ, ਇਸਦਾ ਆਨਸਰ ਹੈ ਸੰਸਦੀ ਸਰਕਾਰ, ਯਾਨੀ ਕਿ ਆਪਸ਼ਨ ਏ। ਫਿਰ ਹੈ, ਹੇਠ ਲਿਖਿਆਂ ਵਿੱਚੋਂ ਕਿਹੜੇ ਦੇਸ਼ ਵਿੱਚ ਸੰਘਾਤਮਕ ਪ੍ਰਣਾਲੀ ਦੀ ਸਰਕਾਰ ਨਹੀਂ ਹੈ? ਇਸਦਾ ਉੱਤਰ ਹੈ ਏ, ਪਾਕਿਸਤਾਨ। ਫਿਰ ਹੈ, ਕਾਰਜਪਾਲਿਕਾ ਸਰਕਾਰ ਦਾ ਉਹ ਅੰਗ ਹੈ ਜੋ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਕਾਰਜ ਕਰਦਾ ਹੈ? ਸੋ ਇਸਦਾ ਉੱਤਰ ਹੈ ਇਹ ਕਾਨੂੰਨ ਲਾਗੂ ਕਰਦਾ ਹੈ। ਸੋ ਯਾਦ ਰੱਖਣਾ। ਫਿਰ ਅੱਗੇ, ਭਾਰਤੀ ਸੰਵਿਧਾਨ ਨੂੰ ਬਣਨ ਵਿੱਚ ਕਿੰਨਾ ਸਮਾਂ ਲੱਗਿਆ ਸੀ? ਇਸਦਾ ਉੱਤਰ ਹੈ ਜੀ ਬੀ, 2 ਸਾਲ 11 ਮਹੀਨੇ ਤੇ 18 ਦਿਨ ਲੱਗੇ ਸਨ। ਫਿਰ ਹੈ, ਭਾਰਤੀ ਸੰਵਿਧਾਨ ਦੀਆਂ ਕਿੰਨੀਆਂ ਧਾਰਾਵਾਂ ਹਨ? ਇਸਦਾ ਉੱਤਰ ਹੈ ਬੀ, 395। ਫਿਰ ਅੱਗੇ, ਹੇਠ ਲਿਖਿਆਂ ਵਿੱਚੋਂ ਕਿਹੜਾ ਮੌਲਿਕ ਅਧਿਕਾਰ ਨਹੀਂ ਹੈ? ਇਸਦਾ ਉੱਤਰ ਹੈ ਸੀ, ਸੂਚਨਾ ਦਾ ਅਧਿਕਾਰ। ਫਿਰ ਅੱਗੇ, ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਭਾਰਤੀ ਸੰਵਿਧਾਨ ਦੀਆਂ ਕਿਹੜੀਆਂ ਧਾਰਾਵਾਂ ਵਿੱਚ ਅੰਕਿਤ ਹੈ? ਇਸਦਾ ਉੱਤਰ ਹੈ ਬੀ, ਧਾਰਾ 36-51 ਦੇ ਵਿੱਚ ਹੈ। ਫਿਰ ਹੈ, ਸੰਵਿਧਾਨ ਦੀ ਕਿਹੜੀ ਧਾਰਾ ਵਿੱਚ ਰਾਸ਼ਟਰੀ ਸੰਕਟ ਕਾਲ ਦਾ ਵਰਣਨ ਹੈ? ਇਸਦਾ ਉੱਤਰ ਹੈ ਧਾਰਾ 352 ਬੀ। ਫਿਰ ਹੈ, ਮੰਤਰੀ ਪਰਿਸ਼ਦ ਦਾ ਕਾਰਜਕਾਲ ਕਿੰਨਾ ਹੁੰਦਾ ਹੈ? ਸੋ ਥੱਲੇ ਆਪਸ਼ਨ ਨੇ, ਇਸਦਾ ਉੱਤਰ ਹੈ ਡੀ, ਨਿਸ਼ਚਿਤ ਨਹੀਂ ਹੁੰਦਾ। ਫਿਰ ਹੈ, ਰਾਜ ਸਭਾ ਦਾ ਸਭਾਪਤੀ ਕੌਣ ਹੁੰਦਾ ਹੈ? ਇਸਦਾ ਉੱਤਰ ਹੈ ਉਪ ਰਾਸ਼ਟਰਪਤੀ, ਯਾਨੀ ਕਿ ਆਪਸ਼ਨ ਸੀ। ਫਿਰ ਹੈ, ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਹੈ? ਸੋ ਬੱਚਿਓ, ਬੜਾ ਇੰਪੋਰਟੈਂਟ ਕੁਐਸਚਨ ਹੈ, ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਹੈ? ਇਸਦਾ ਉੱਤਰ ਹੈ ਸੀ, ਰਾਸ਼ਟਰਪਤੀ ਕਰਦਾ ਹੈ। ਜ਼ਿਲ੍ਹੇ ਦਾ ਸਰਵਉੱਚ ਅਧਿਕਾਰੀ ਕੌਣ ਹੁੰਦਾ ਹੈ? ਇਸਦਾ ਉੱਤਰ ਹੈ ਏ, ਡਿਪਟੀ ਕਮਿਸ਼ਨਰ। ਯਾਦ ਰੱਖਣਾ, ਹਰ ਜ਼ਿਲ੍ਹੇ ਦਾ ਸਰਵਉੱਚ ਅਧਿਕਾਰੀ ਜਿਹੜਾ ਹੋਇਆ ਡਿਪਟੀ ਕਮਿਸ਼ਨਰ ਹੁੰਦਾ ਹੈ। ਫਿਰ ਹੈ, ਭਾਰਤ ਦੀ ਸਰਵਉੱਚ ਅਦਾਲਤ ਦਾ ਨਾਮ ਦੱਸੋ। ਇਹ ਤਾਂ ਬੜਾ ਹੀ ਸੌਖਾ ਹੈ, ਇਸਦਾ ਉੱਤਰ ਹੈ ਸੀ, ਸੁਪਰੀਮ ਕੋਰਟ। ਫਿਰ ਦੋਸਤੋ, ਅਗਲਾ ਪ੍ਰਸ਼ਨ, ਰਾਜਨੀਤਿਕ ਸ਼ਾਸਤਰ ਨਾਲ ਸੰਬੰਧਿਤ ਪੋਲੀਟਿਕਸ ਦਾ ਲੇਖਕ ਕੌਣ ਹੈ? ਸੋ ਇਸਦਾ ਉੱਤਰ ਹੈ ਅਰਸਤੂ। ਫਿਰ ਹੈ, ਬਿਨਾਂ ਰਾਜਨੀਤਿਕ ਇਤਿਹਾਸ ਨੂੰ ਲੱਗੇ ਨਾ ਫਲ ਅਤੇ ਫੁੱਲ, ਉਵੇਂ ਹੀ ਇਤਿਹਾਸਕ ਬਿਨਾਂ ਰਾਜਨੀਤੀ ਨਿਰਮੂਲ,
ਇਹ ਕਤਨ ਕਿਸਦਾ ਹੈ? ਇਸਦਾ ਉੱਤਰ ਹੈ ਸੀਲੇ, ਯਾਨੀ ਕਿ ਨੰਬਰ ਦੋ। ਫਿਰ ਹੈ ਸਵਸਥ ਸਮਾਜ ਵਿੱਚ ਵਿਧਾਨ, ਸਵਸਥ ਸਮਾਜ ਵਿੱਚ ਵਿਧਾਨ ਮੰਡਲ ਹੀ ਕਾਨੂੰਨ ਦਾ ਸੋਮਾ ਹੈ, ਇਹ ਕਥਨ ਕਿਸਦਾ ਹੈ? ਇਸਦਾ ਉੱਤਰ ਹੈ ਸਰ ਹੈਨਰੀ ਮੈਨ, ਯਾਨੀ ਕਿ ਆਪਸ਼ਨ ਨੰਬਰ ਤਿੰਨ। ਫਿਰ ਹੈ ਸੁਤੰਤਰਤਾ ਅਤਿ ਸ਼ਾਸਨ ਦਾ ਉਲਟ ਹੈ, ਇਹ ਕਥਨ ਕਿਸਦਾ ਹੈ? ਇਹ ਵੀ ਕਥਨ ਸੀਲੇ ਦਾ ਹੈ, ਯਾਨੀ ਕਿ ਨੰਬਰ ਦੋ। ਅਸੀਂ ਇਸ ਸੱਚਾਈ ਨੂੰ ਪੂਰਨ ਸਵੀਕਾਰ ਕਰਦੇ ਹਾਂ ਕਿ ਸਭ ਮਨੁੱਖ ਸਮਾਨ ਬਣਾਏ ਹਨ, ਇਹ ਕਥਨ ਕਿਸਦਾ ਹੈ? ਇਹ ਕਥਨ ਹੈ ਅਮਰੀਕਾ ਦੀ ਸੁਤੰਤਰਤਾ ਦੀ ਘੋਸ਼ਣਾ, ਯਾਨੀ ਕਿ ਆਪਸ਼ਨ ਨੰਬਰ ਇੱਕ। ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜ ਦਾ ਬਹੁਤ ਜ਼ਰੂਰੀ ਤੱਤ ਹੈ? ਇਸਦਾ ਉੱਤਰ ਹੈ ਸਰਕਾਰ, ਯਾਨੀ ਕਿ ਆਪਸ਼ਨ ਨੰਬਰ ਚਾਰ। ਫਿਰ ਹੈ ਨੰਬਰ ਸੱਤ, ਲੋਕਤੰਤਰ ਸ਼ਬਦ ਦੀ ਉਤਪਤੀ ਡਿਮੋਸ ਅਤੇ ਕਰਾਟੋਸ ਸ਼ਬਦਾਂ ਤੋਂ ਹੋਈ ਹੈ, ਇਹ ਕਿਸ ਭਾਸ਼ਾ ਦੇ ਸ਼ਬਦ ਹਨ? ਇਹ ਯੂਨਾਨੀ ਦੇ ਹਨ। ਸੋ ਦੋਸਤੋ, ਇਹ ਇੰਪੋਰਟੈਂਟ ਕੁਸ਼ਚਨ ਹੈ, ਇਹਨਾਂ ਨੂੰ ਜ਼ਰੂਰ ਪੜ੍ਹ ਲੈਣਾ, ਯਾਦ ਰੱਖਣਾ। ਡਿਮੋਸ ਤੇ ਕਰਾਟੋਸ, ਇਹ ਯੂਨਾਨੀ ਭਾਸ਼ਾ ਦੇ ਸ਼ਬਦ ਹਨ। ਫਿਰ ਅਗਲਾ ਪ੍ਰਸ਼ਨ, ਪ੍ਰਧਾਨਗੀ ਸਰਕਾਰ ਉਹ ਰੂਪ ਹੈ ਜਿਸ ਵਿੱਚ ਮੁੱਖ ਕਾਰਜਪਾਲਿਕਾ ਅਤੇ ਕਾਰਜਕਾਲ ਅਤੇ ਕਾਫੀ ਹੱਦ ਤੱਕ ਆਪਣੀਆਂ ਨੀਤੀਆਂ ਅਤੇ ਕੰਮਾਂ ਲਈ ਵਿਧਾਨ ਮੰਡਲ ਤੋਂ ਸੁਤੰਤਰ ਹੈ, ਇਹ ਕਥਨ ਕਿਸਦਾ ਹੈ? ਇਸਦਾ ਉੱਤਰ ਹੈ ਗੈਟਲ, ਯਾਨੀ ਕਿ ਨੰਬਰ ਦੋ। ਫਿਰ ਹੈ ਅੱਗਾ, ਹੇਠ ਲਿਖਿਆਂ ਵਿੱਚੋਂ ਕਿਹੜੀ ਇਕਾਤਮਕ ਸਰਕਾਰ ਦੀ ਵਿਸ਼ੇਸ਼ਤਾ ਨਹੀਂ ਹੈ? ਇਸਦਾ ਉੱਤਰ ਹੈ ਵਿਸ਼ਿਆਂ ਦੀ ਵੰਡ, ਯਾਨੀ ਕਿ ਆਪਸ਼ਨ ਨੰਬਰ ਚਾਰ। ਫਿਰ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਜਪਾਲਿਕਾ ਦਾ ਕਾਰਜ ਨਹੀਂ ਹੈ? ਇਸਦਾ ਉੱਤਰ ਹੈ ਕਾਨੂੰਨ ਨਿਰਮਾਣ, ਯਾਨੀ ਕਿ ਆਪਸ਼ਨ ਨੰਬਰ ਤਿੰਨ। ਭਾਰਤੀ ਮਜ਼ਬੂਤ ਕੇਂਦਰੀਕਰਨ ਦੀ ਪ੍ਰਵਿਰਤੀਆਂ ਵਾਲਾ ਸੰਘਾਤਮਕ ਰਾਜ ਹੈ, ਇਹ ਕਥਨ ਕਿਸਦਾ ਹੈ? ਇਸਦਾ ਉੱਤਰ ਹੈ ਆਈਵਰ ਜੈਨਿੰਗਸ, ਯਾਨੀ ਕਿ ਆਪਸ਼ਨ ਨੰਬਰ ਦੋ। ਪ੍ਰਸਤਾਵਤਾ ਸੰਵਿਧਾਨ ਦਾ ਸਭ ਤੋਂ ਕੀਮਤੀ ਭਾਗ ਹੈ, ਇਹ ਸੰਵਿਧਾਨ ਦੀ ਆਤਮਾ ਹੈ, ਇਹ ਸੰਵਿਧਾਨ ਦੀ ਕੁੰਜੀ ਹੈ, ਇਹ ਕਥਨ ਕਿਸਦਾ ਹੈ? ਇਸਦਾ ਉੱਤਰ ਹੈ ਪ੍ਰਿੰਸੀਪਲ ਠਾਕੁਰ ਦਾਸ ਭਾਰਵਕ, ਯਾਨੀ ਕਿ ਆਪਸ਼ਨ ਨੰਬਰ ਤਿੰਨ। ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਹੈ, ਇਹਦੇ ਵਿੱਚ ਸਾਨੂੰ ਦੱਸਣਾ ਹੈ ਸਾਰਿਆਂ ਨੂੰ, ਇਹ ਬੜਾ ਹੀ ਆਸਾਨ ਹੈ, 26 ਜਨਵਰੀ 1950 ਦੇ ਵਿੱਚ, ਯਾਨੀ ਕਿ ਆਪਸ਼ਨ ਨੰਬਰ ਦੋ। ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਸ਼ਾਮਿਲ ਕੀਤੇ ਗਏ ਹਨ? ਇਸਦਾ ਉੱਤਰ ਹੈ ਚੌਥੇ ਤੇ, ਯਾਨੀ ਕਿ ਆਪਸ਼ਨ ਨੰਬਰ ਇੱਕ। ਸੰਵਿਧਾਨ ਉਪਾਅ ਦਾ ਅਧਿਕਾਰ ਸੰਵਿਧਾਨ ਦੀ ਕਿਹੜੀ ਧਾਰਾ ਵਿੱਚ ਸ਼ਾਮਿਲ ਹੈ? ਇਸਦਾ ਧਾਰਾ ਨੰਬਰ 32 ਦਾ ਹੈ, ਯਾਨੀ ਕਿ ਆਪਸ਼ਨ ਨੰਬਰ ਦੋ। ਨਿਰਦੇਸ਼ਕ ਸਿਧਾਂਤ ਦੀ ਕੋਈ ਮਹੱਤਤਾ ਨਹੀਂ ਹੈ, ਇਹ ਕਥਨ ਕਿਸਦਾ ਹੈ? ਇਸਦਾ ਉੱਤਰ ਹੈ ਸਰ ਆਈਅਰ ਜੈਨਿੰਗਸ, ਯਾਨੀ ਕਿ ਆਪਸ਼ਨ ਨੰਬਰ ਇੱਕ। ਸੰਵਿਧਾਨ ਦੀ ਕਿਹੜੀ ਸੋਧ ਰਾਹੀਂ ਮੌਲਿਕ ਕਰਤੱਵ ਸ਼ਾਮਿਲ ਕੀਤੇ ਗਏ ਹਨ? ਇਸਦਾ ਉੱਤਰ ਹੈ 42ਵੀਂ ਸੋਧ ਦੇ ਵਿੱਚ ਮੌਲਿਕ ਕਰਤੱਵ ਸ਼ਾਮਿਲ ਕੀਤੇ ਗਏ ਹਨ, ਯਾਨੀ ਕਿ ਆਪਸ਼ਨ ਨੰਬਰ ਇੱਕ। ਉਪ ਰਾਸ਼ਟਰਪਤੀ ਦੀ ਚੋਣ ਵਿੱਚ ਸ਼ਾਮਿਲ ਹੈ, ਇਸਦਾ ਉੱਤਰ ਹੈ ਲੋਕ ਸਭਾ ਅਤੇ ਰਾਜ ਸਭਾ, ਯਾਨੀ ਕਿ ਆਪਸ਼ਨ ਨੰਬਰ ਚਾਰ। ਲੋਕ ਸਭਾ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਦਾ ਹੈ, ਕੌਣ ਕਰਦਾ ਹੈ? ਇਹ ਕਰਦਾ ਹੈ ਸਪੀਕਰ। ਫਿਰ ਅਗਲਾ ਪ੍ਰਸ਼ਨ, ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਹੈ? ਪਹਿਲਾਂ ਵੀ ਰਿਪੀਟ ਹੋ ਗਿਆ, ਇਸਦਾ ਉੱਤਰ ਹੈ ਰਾਸ਼ਟਰਪਤੀ। ਮੁੱਖ ਮੰਤਰੀ ਰਾਜ ਦਾ ਡੈਸ਼ ਨੇਤਾ ਹੁੰਦਾ ਹੈ, ਇਹ ਹੁੰਦਾ ਹੈ ਹਰਮਨ ਪਿਆਰਾ। ਫਿਰ ਇਹ ਵਿਧਾਨ ਸਭਾ ਦਾ ਕਾਰਜਕਾਲ ਹੈ, ਕਿੰਨੇ ਸਾਲ ਲਈ ਹੁੰਦਾ ਹੈ? 5 ਸਾਲਾਂ ਲਈ ਹੁੰਦਾ ਹੈ, ਇਹ ਯਾਦ ਰੱਖਣਾ, ਇਹ ਆਉਂਦਾ ਹੈ ਪ੍ਰਸ਼ਨ। ਫਿਰ ਡਿਪਟੀ ਕਮਿਸ਼ਨਰ ਦਾ ਕਾਰਜਕਾਲ 5 ਸਾਲ ਦਾ ਹੈ, ਇਹ ਗਲਤ ਹੈ, ਕਿਉਂਕਿ ਡਿਪਟੀ ਕਮਿਸ਼ਨਰ ਚੋਣਾਂ ਲੜਕੇ ਨਹੀਂ ਬਣਦਾ ਹੈ, ਠੀਕ ਹੈ ਜੀ, ਸੋ ਇਹ ਗਲਤ ਹੈ। ਹਾਈ ਕੋਰਟ ਦੇ ਜੱਜ 65 ਸਾਲ ਦੀ ਉਮਰ ਤੱਕ ਅਹੁਦੇ ਤੇ ਰਹਿੰਦੇ ਹਨ, ਇਹ ਵੀ ਗਲਤ ਹੈ, 65 ਸਾਲ ਤੋਂ ਬਾਅਦ ਦੀ ਉਮਰ ਦੇ ਵੀ ਹੋ ਸਕਦੇ ਹਨ। ਫਿਰ ਰਾਜ ਸਭਾ ਧਨ ਬਿੱਲ ਨੂੰ ਕਿੰਨੇ ਸਮੇਂ ਦੀ ਦੇਰੀ ਪਾ ਸਕਦੀ ਹੈ? ਠੀਕ ਹੈ, ਇਸਦਾ ਉੱਤਰ ਹੈ 14 ਦਿਨਾਂ ਲਈ। ਯਾਦ ਰੱਖਣਾ, ਇੱਥੇ ਆਪਸ਼ਨ ਨਹੀਂ ਦਿੱਤੇ ਗਏ ਹਨ, ਪਰ ਪੇਪਰਾਂ ਦੇ ਵਿੱਚ ਅਕਸਰ ਆ ਜਾਂਦੇ ਹਨ, ਸੋ ਕਰਨਾ ਜ਼ਰੂਰ ਇਹਨਾਂ ਨੂੰ। ਫਿਰ ਅੱਗੇ ਨੰਬਰ 26, ਵਿਸ਼ਵ ਵਿੱਚ ਸਭ ਤੋਂ ਪੁਰਾਣੀ ਸੰਸਦੀ ਸਰਕਾਰ ਕਿਸ ਦੇਸ਼ ਦੀ ਹੈ? ਇਸਦਾ ਉੱਤਰ ਹੈ ਬਰਤਾਨੀਆ। ਦੋਸਤੋ ਯਾਦ ਰੱਖਣਾ, ਬਰਤਾਨੀਆ ਸਭ ਤੋਂ ਪੁਰਾਣਾ ਸੰਸਦੀ ਸਰਕਾਰ ਦੇਸ਼ ਹੈ, ਠੀਕ ਹੈ। ਨੰਬਰ 27, ਸੰਯੁਕਤ ਰਾਜ ਅਮਰੀਕਾ ਵਿੱਚ ਡੈਸ਼ ਦੀ ਸਰਕਾਰ ਹੈ? ਇਸਦਾ ਉੱਤਰ ਹੈ ਪ੍ਰਧਾਨਗੀ ਪ੍ਰਣਾਲੀ ਦੀ ਹੈ, ਸਰਕਾਰ ਕੋਲ ਪ੍ਰਭੂ ਸੱਤਾ ਹੁੰਦੀ ਹੈ, ਰਾਜ ਕੋਲ ਨਹੀਂ, ਇਹ ਗਲਤ ਹੈ। ਸੁਤੰਤਰਤਾ ਅਤੇ ਸਮਾਨਤਾ ਦਾ ਉਦੇਸ਼ ਸਾਂਝਾ ਹੈ, ਇਹ ਠੀਕ ਹੈ। ਨੰਬਰ 30, ਕੰਮ ਦਾ ਅਧਿਕਾਰ ਅਧਿਕਾਰ ਹੈ, ਇਹ ਕਿਹੜਾ ਅਧਿਕਾਰ ਹੈ? ਆਰਥਿਕ ਅਧਿਕਾਰ ਹੈ। ਸੋ ਦੋਸਤੋ, ਇਹ ਲੈ ਕੇ ਆਏ ਸੀਗੇ ਤੁਹਾਡੇ ਲਈ ਅਸੀਂ ਕੁਝ ਬੇਹਦ ਇੰਪੋਰਟੈਂਟ ਕੁਸਚਨ, ਜਿਹੜੇ ਅਕਸਰ ਪੇਪਰਾਂ ਦੇ ਵਿੱਚ ਆ ਜਾਂਦੇ ਹਨ, ਸੋ ਤੁਹਾਡੇ ਲਈ ਸੋਲਵ ਵੀ ਕੀਤੇ ਹੋਏ ਹਨ, ਸੋ ਇਹਨਾਂ ਨੂੰ ਜ਼ਰੂਰ ਕਰਕੇ ਜਾਣਾ। ਪਲੱਸ 1 ਵਾਲਿਆਂ ਦਾ ਇਹ ਹੈ ਪੋਲੀਟੀਕਲ ਸਾਇੰਸ ਦਾ, ਜੋ ਕਿ ਕੱਲ ਪੇਪਰ ਹੈ, ਉਹਨਾਂ ਲਈ ਲੈ ਕੇ ਆਏ ਹਾਂ ਫੁੱਲੀ ਸੋਲਵ
इंपॉर्टेंट क्वेश्चन, सो इस नूं जरूर कर लेना, साडे चैनल जरूर सबसक्राइब कर लेना तां जो इसी तरह के पेपर सब तो पहले तुहानू मिलते रहन। सो दोस्तों जल्दी ही नवी वीडियो विच नवा पेपर लैके तुहाडे सामने हाजिर होवांगे, तद तक लई धन्नवाद।